ਸੀਐਮ ਸਾਹਿਬ ਜੀ ਦੇਖੋ ਗਰਾਊਂਡ ਦਾ ਜੁੜੇ ਹੋਏ ਲੀਡਰ ਹੈ, ਹਰੇਕ ਹਲਕੇ ਦੇ ਵਿੱਚ ਕੋਸ਼ਿਸ਼ ਕਰ ਰਿਹਾ ਸੀਐਮ ਸਾਹਿਬ, ਇੰਨਾ ਬਿਜੀ ਸ਼ਡਿਊਲ ਹੋਣ ਦੇ ਬਾਵਜੂਦ ਵੀ ਵਰਕਰਾਂ ਤੱਕ ਵਲੰਟੀਅਰ ਤੱਕ ਪਹੁੰਚ ਰਹੇ ਹੈ ਔਰ ਗਰਾਊਂਡ ਤੇ ਜਾ ਕੇ ਰੋਡ ਸ਼ੋਅ ਕਰ ਰਹੇ ਆ। ਇੰਨੀ ਸਖਤ ਗਰਮੀ ਦੇ ਵਿੱਚ ਵੱਡੇ ਵੱਡੇ ਲੀਡਰ ਜਿਹੜੇ ਹੈ ਆਪਦੇ ਪ੍ਰੋਗਰਾਮ ਕੈਂਸਲ ਕਰ ਜਾਂਦੇ ਆ, ਪਰ ਸੀਐਮ ਸਾਹਿਬ ਸਿਖਰ ਦੁਪਹਿਰੇ ਵੀ ਲੋਕਾਂ ਦੇ ਵਿੱਚ ਗਰਾਊਂਡ ਤੇ ਹਾਜ਼ਰ ਹੈ। ਕੀ ਲੱਗਦਾ ਹੈ ਬਠਿੰਡਾ ਲੋਕ ਸਭਾ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਦੇ ਪ੍ਰਚਾਰ ਕਰੇ, ਕੀ ਲੱਗਦਾ ਹੈ ਗਾਂ ਦੇ ਵਾਸਤੇ? ਬਿਲਕੁਲ ਜੀ, ਗੁਰਮੀਤ ਸਿੰਘ ਖੁੱਡੀਆਂ ਦੀ ਜਿੱਤ ਜਿਹੜੀ ਯਕੀਨੀ ਹੈ, ਬੜਾ ਵਧੀਆ ਸੋਹਣਾ ਮਾਹੌਲ ਬਣਿਆ ਹੋਇਆ ਹੈ ਸਾਰੇ ਹਲਕਿਆਂ ਦੇ ਵਿੱਚੋਂ ਹੀ, ਬਹੁਤ ਵਧੀਆ ਗਰਾਊਂਡ ਰਿਪੋਰਟ ਆ ਰਹੀ ਹੈ ਤੇ ਅੱਜ ਦਾ ਜਿਹੜਾ ਰੋਡ ਸ਼ੋਅ ਹੈ ਇਹ ਲੰਬੀ ਹਲਕੇ ਦੇ ਵਿੱਚ ਜਿਹੜਾ ਦੋ ਰੋਡ ਸ਼ੋਅ ਕੀਤੇ ਜਾ ਰਹੇ ਆ, ਆਲਮ ਵਾਲਾ ਤੇ ਬਾਦਲ ਵਿਖੇ। ਇਹ ਜਿਹੜੇ ਅੱਜ ਦੀ ਜਿਹੜੀ ਜਥੇਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਦੀ ਚੋਣ ਮੈਨੂੰ ਹੋਰ ਵੀ ਬੜਾ ਵੱਡਾ ਜਿਹੜਾ ਹੁਲਾਰਾ ਇਹ ਜਿਹੜੀ ਇਸ ਰੋਡ ਸ਼ੋਅ ਤੋਂ ਜਿਹੜਾ ਕਿ ਵਧੀਆ ਲੋਕਾਂ 'ਚ ਮੈਸੇਜ ਆਏਗਾ। ਬਿਲਕੁਲ ਜੀ, ਬਿਲਕੁਲ 100%, ਕਿਉਂਕਿ ਦੇਖੋ ਆਹ ਅੱਜ ਲੰਬੀ ਦੇ ਵਿੱਚ ਖੜੇ ਆ, ਬਾਦਲ ਪਿੰਡ ਖੜੇ ਆ ਔਰ ਇਹ ਬਾਦਲਾਂ ਦਾ ਜਿਹੜਾ ਘਰ ਹੈ ਔਰ ਇਹਦੇ ਵਿੱਚ ਤੁਸੀਂ ਦੇਖਦੇ ਆਏ ਹੋ, ਕਵਰੇਜ ਕਰਦੇ ਆਏ ਹੋ, ਕਦੇ ਕਿਸੇ ਨੇ ਸੋਚਿਆ ਸੀ ਬਾਦਲਾਂ ਦੇ ਪਿੰਡ ਦੇ ਵਿੱਚ ਆ ਕੇ ਐਡਾ ਆਮ ਆਦਮੀ ਪਾਰਟੀ ਦਾ ਹਜੂਮ ਉੱਠੂਗਾ, ਔਰ ਕਦੇ ਕਿਸੇ ਨੇ ਇਹ ਸੋਚਿਆ ਸੀ ਬਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ 5 ਵਾਰ ਦੇ ਮੁੱਖ ਮੰਤਰੀ ਰਹੇ ਆ ਤੇ ਇੱਕ ਸਧਾਰਨ ਪਰਿਵਾਰ ਦਾ ਜ਼ਿਮੀਂਦਾਰ ਪਰਿਵਾਰ ਦਾ ਮੁੰਡਾ ਉੱਠ ਕੇ ਉਹਨਾਂ ਨੂੰ ਹਰਾ ਦੂਗਾ, ਠੀਕ ਹੈ ਸੋਚਿਆ ਸੀ? ਔਰ 13 ਹੱਥ ਜਿਹੜੇ ਮਿਲਨੇ ਆ ਉਹ ਤਾਂ 100% ਹੈ, ਕਿਉਂਕਿ ਮਿਲਨੇ ਕਿਉਂ ਆ, ਇਹ ਹੈ ਦੇਖੋ ਜਿਹੜੀ ਬਿਜਲੀ ਫ੍ਰੀ ਕੀਤੀ ਹੈ ਸੀਐਮ ਸਾਹਿਬ ਨੇ, ਜਿਹੜੀ ਲਾਈਟ ਦਿੱਤੀ ਹੈ, ਖੇਤਾਂ ਨੂੰ ਫ੍ਰੀ ਦਿੱਤੀ ਹੈ, ਜਿਹੜੇ ਖੇਤਾਂ ਦੇ ਵਿੱਚ ਟਾਈਲਾਂ ਤੇ ਪਾਣੀ ਪਹੁੰਚਦਾ ਕੀਤਾ, ਮਾਲਵਾ ਨਹਿਰ ਦਾ ਪ੍ਰੋਜੈਕਟ ਰੱਖਿਆ ਔਰ ਲੋਕ ਇੰਨੇ ਖੁਸ਼ ਆ ਕਿ ਇੰਨੀ ਤਪਦੀ ਧੁੱਪ ਦੇ ਵਿੱਚ ਤੁਸੀਂ ਵੇਖੋ ਲੱਖਾਂ ਲੋਕਾਂ ਨੇ ਅੱਜ ਜਦੋਂ ਦੇ ਸ਼ੁਰੂ ਕੀਤਾ ਰੈਲੀ ਸ਼ੁਰੂ ਕੀਤੀ ਹੈ ਮਾਨ ਸਾਹਿਬ ਨੇ ਔਰ ਹਜ਼ਾਰਾਂ ਲੋਕ ਉਹਨਾਂ ਦੇ ਨਾਲ ਪਹੁੰਚ ਰਹੇ ਆ ਔਰ ਇੱਥੇ ਤੁਸੀਂ ਵੇਖੋ ਕਦੇ ਸੋਚਿਆ ਸੀ ਕਿਸੇ ਨੇ ਬਾਦਲ ਪਿੰਡ ਦੇ ਵਿੱਚ ਅਕਾਲੀ ਦਲ ਦੇ ਗੜ੍ਹ ਦੇ ਵਿੱਚ ਐਡਾ ਵੱਡਾ ਜਿਹੜੀ ਰੈਲੀ ਹੈ ਜਾਂ ਰੋਡ ਸ਼ੋਅ ਹੈ ਉਹ ਮਾਨ ਸਾਹਿਬ ਦਾ ਹੋਊਗਾ? ਮਾਨ ਸਾਹਿਬ ਦੇ ਕੰਮਾਂ ਤੇ ਜਿਹੜੀ ਮੋਹਰ ਲੋਕਾਂ ਨੇ ਲਾਈ ਹੈ ਔਰ 13 ਦੇ 13। ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦਾ, ਅੱਜ ਦੀ ਗੱਲ ਤੁਸੀਂ ਮੇਰੀ ਨੋਟ ਕਰ ਲਿਆ ਜੋ ਕੈਮਰੇ 'ਚ ਆਪਦੇ ਕੈਮਰੇ 'ਚ ਰਿਕਾਰਡ ਕਰ ਲਿਆ ਜੇ, ਇਸ ਇਲੈਕਸ਼ਨ ਨੇ ਬਾਦਲ ਦਲ ਦਾ ਅਕਾਲੀ ਦਲ ਦਾ ਭੋਗ ਪਾ ਦੇਣਾ, ਆਹ ਲਾਸਟ ਇਲੈਕਸ਼ਨ ਆ ਉਹਨਾਂ ਦਾ, ਇਸ ਤੋਂ ਬਾਅਦ ਉਹਨਾਂ ਦਾ ਕੋਈ ਵਿਧਾਨ ਸਭਾ 'ਚ ਕੋਈ ਲੋਕ ਸਭਾ 'ਚ ਕੋਈ ਉਮੀਦਵਾਰ ਨਹੀਂ ਹੋਊਗਾ ਕਦੇ ਵੀ। ਮੈਂ ਸਤਪਾਲ ਸਿੰਘ, ਮੇਰਾ ਪਿੰਡ ਪਤੋਈ ਖੜਾ, ਮੈਂ ਐਸੀ ਵੰਗਰਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦਾ। ਮੈਂ ਕਿਹਾ ਜੀ ਬਿਲਕੁਲ ਹੀ ਆ, ਸਾਡੀ ਜਿੱਤ ਯਕੀਨੀ ਹੋ ਗਈ, ਅਸੀਂ ਆ ਨਰੂਵਾਣੀ ਐਸੀ ਸਮਾਜ ਨੂੰ ਸੰਬੋਧਨ ਕਰਨ ਵਾਸਤੇ ਅੱਜ ਆਏ ਸੀ ਭਗਵੰਤ ਮਾਨ ਜੀ, ਤੇ ਉੱਥੇ 10-15 ਹਜ਼ਾਰ ਇਕੱਠ ਨੇ ਸਾਨੂੰ ਇਹ ਯਕੀਨ ਦਵਾ ਦਿੱਤਾ ਵੀ ਸਾਡੀ ਸੀਟ ਤਾਂ ਪੱਕੀ ਹੈ ਪਰ ਅਸੀਂ 2 ਲੱਖ ਦੀ ਲੀਡ ਕਰਾਂਗੇ। ਕੀ ਲੱਗਦਾ ਪਹਿਲਾਂ ਬਾਦਲਾਂ ਦੇ ਨਾਲ ਮੁਕਾਬਲਾ ਗੁਰਮੀਤ ਸਾਹਿਬ ਦਾ ਹੋਇਆ ਸੀਗਾ, ਅੱਜ ਬਾਦਲਾਂ ਦੇ ਪਿੰਡ ਤੇ ਮੁਕਾਬਲਾ? ਬਿਲਕੁਲ ਬਿਲਕੁਲ ਜੀ, ਉਹਦੇ ਘਰ 'ਚ ਮੁਕਾਬਲਾ ਜੀ, ਪਿੰਡ 'ਚ ਨਹੀਂ ਘਰ 'ਚ ਮੁਕਾਬਲਾ, ਅਸੀਂ ਸਿਮਰ ਕੌਰ ਨੂੰ ਬੀਬਾ ਨੂੰ ਐਂ ਹਰਾ ਕੇ ਘੱਲਾਂਗੇ ਜਿਵੇਂ ਨਿੰਗ ਦਾ ਬਾਟਾ ਮਾਂਜਦਾ ਹੁੰਦਾ।